ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਹ ਦੋ ਮੁਲਜ਼ਮ ਉਹ ਨੇ ਜਿਨ੍ਹਾਂ ਨੇ ਨਿਹੰਗ ਸਿੰਘ ਦਾ ਕਤਲ ਕੀਤਾ ਸੀ। ਲੰਗਰ ਛਕਾ ਰਹੇ ਨਿਹੰਗ ਸਿੰਘ ਨੂੰ ਮੌਤ ਦੇ ਘਾਟ ਇਹਨਾਂ ਨੇ ਉਤਾਰ ਦਿੱਤਾ ਸੀ, ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਸੀ ਤਾਂ ਪੁਲਿਸ ਨੇ ਪੈਰ ਨੱਪਦੇ ਹੋਏ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਸੜਕ ਦੇ ਕਿਨਾਰੇ ਤੇ ਇਹ ਦੋਵੇਂ ਮੁਲਜ਼ਮ ਤੁਰੇ ਜਾ ਰਹੇ ਨੇ ਜਿਨ੍ਹਾਂ ਨੇ ਨਿਹੰਗ ਸਿੰਘ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਸੀ ਔਰ ਮੌਤ ਦੇ ਘਾਟ ਉਤਾਰਿਆ ਸੀ। ਦੱਸਦੇ ਕਿ ਮੁਕਤਸਰ ਦੇ ਗਿੱਦੜਵਾਹਾ ਦੇ ਵਿੱਚ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਨਿਹੰਗ ਜਸਵੀਰ ਸਿੰਘ ਵਾਸੀ ਹੁਸਨਰ ਨੇ ਗਿੱਦੜਵਾਹਾ ਦੇ ਮਲੋਟ ਰੋਡ ਤੇ ਸੜਕ ਦੇ ਕਿਨਾਰੇ ਇੱਕ ਝੌਂਪੜੀ ਬਣਾ ਕੇ ਲੰਗਰ ਲਗਾਇਆ ਹੋਇਆ ਸੀ ਤਾਂ ਇਹ ਦੋਵੇਂ ਸ਼ਖਸ ਉੱਥੇ ਪਹੁੰਚਦੇ ਨੇ ਜਿਨ੍ਹਾਂ ਨੇ ਨਿਹੰਗ ਸਿੰਘ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ, ਖੂਨੋ ਖੂਨ ਕੀਤਾ, ਮੌਕੇ ਤੋਂ ਫਰਾਰ ਹੋ ਗਏ ਸਨ। ਔਰ ਨਿਹੰਗ ਸਿੰਘ ਦੀ ਪਤਨੀ ਨੇ ਇਸ ਪੂਰੇ ਕਤਲਕਾਂਡ ਨੂੰ ਬਿਆਨ ਕੀਤਾ ਸੀ ਕਿ ਕਿਵੇਂ ਇਹਨਾਂ ਦੋਵੇਂ ਮੁਲਜ਼ਮਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲੰਗਰ ਛਕਣਾ ਕਹਿੰਦੇ ਨੇ, ਉਹ ਕਹਿੰਦੇ ਨਹੀਂ ਛਕਣਾ ਲੰਗਰ, ਤੇ ਉਹ ਕਹਿੰਦਾ ਫੇਰ ਤੂੰ ਬਾਹਰ ਨਿਕਲ, ਇਹ ਬਾਹਰ ਨਿਕਲ ਆਇਆ ਤੇ ਮੁੜ ਕੇ ਇਹਦੇ ਮਾਰਿਆ, ਜਦੋਂ ਮਾਰਿਆ ਇਹ ਡਿੱਗ ਪਿਆ, ਇਹਦੀ ਧੌਣ ਟੁੱਟ ਗਈ, ਜਦੋਂ ਡਿੱਗਿਆ ਇਹ ਰਾੜ ਮਾਰੀ ਜਦੋਂ ਉਹਨੇ ਪਹਿਲੀ, ਜਦੋਂ ਦੂਜੀ ਮਾਰੀ ਉਹਦੇ ਸਿਰ 'ਚ ਮਾਰੀ, ਜਦੋਂ ਤੀਜੀ ਮਾਰੀ ਉਹ ਤਾਂ ਪਿੱਛੇ ਰਹਿ ਗਿਆ ਜੀ। ਮੈਂ ਆਖੇ ਜੀ ਨਾ ਮਾਰੋ, ਉਹ ਨਹੀਂ ਹਟੇ ਜੀ ਮੇਰੇ ਆਖੇ, ਜਦੋਂ ਮਰ ਕੇ ਜਾਵਾਂ ਤਾਂ ਉਹਦੇ ਮੈਨੂੰ ਕਹਿੰਦੇ ਤੈਨੂੰ ਅੱਜ ਘਰੇ ਲੈ ਚੱਲਦੇ, ਤੂੰ ਐਂ ਕਹਿ ਦੇ ਵੀ ਇਹਦੇ ਘਰ ਵਾਲੀ ਨਹੀਂ ਤੂੰ, ਤੈਨੂੰ ਛੱਡ ਦਾਂਗੇ। ਦੇਖ ਕੀ ਤੁਹਾਨੂੰ ਜਾਣਦੇ ਨਹੀਂ ਸੀ, ਤੁਹਾਡਾ ਘਰ ਕਿਵੇਂ ਜਾਣਦੇ ਸੀ ਉਹ? ਘਰ ਮੈਂ ਲੈ ਕੇ ਗਈ ਜੀ ਉਹਨਾਂ ਨੂੰ। ਅੱਛਾ, ਹਾਂਜੀ, ਤੁਹਾਨੂੰ ਕੀ ਕਹਿ ਕੇ ਗਏ ਆ ਜਾਣ ਵੇਲੇ? ਉਹ ਕਹਿੰਦੇ ਸਾਡਾ ਨਾਂ ਨਾ ਲਈ। ਅੱਛਾ, ਤੈਨੂੰ ਤੁਹਾਨੂੰ ਮਾਰ ਦਿੰਦੇ ਸੀ। ਨਹੀਂ ਤੁਸੀਂ ਜਾਣਦੇ ਉਹਨਾਂ ਨੂੰ? ਨਹੀਂ ਜੀ ਮੈਂ ਜਾਣਦੀ। ਕਿੱਥੋਂ ਦੇ ਬੰਦੇ ਆ ਉਹ? ਬੰਦੇ ਨਹੀਂ ਜਾਣਦੀ ਜੀ। ਕਾਸਤੇ ਆਏ ਸੀ ਤੇ ਤੁਹਾਨੂੰ ਕਾਸਤੇ ਛੱਡ ਕੇ ਆਏ ਹੋ? ਉਹ ਤੁਰ ਕੇ ਛੱਡ ਕੇ ਗਏ। ਤੁਰਕੀ ਆਏ ਸੀਗੇ? ਕਿੰਨੇ ਜਾਣੇ ਸੀ? ਦੋ ਜਾਣੇ ਜੀ। ਠੀਕ, ਟਾਈਮ ਕਿੰਨੇ ਕੁ ਵਜੇ ਦਾ ਸੀਗਾ ਅੰਦਾਜ਼ਾ? ਟਾਈਮ 10 ਵਜੇ ਤਾਂ ਮਾਰਤਾ ਸੀਗਾ ਜੀ, ਤੇ ਪੂਰੇ 11 ਵਜੇ ਮੈਨੂੰ ਘਰੇ ਛੱਡ ਕੇ ਗਏ ਜੀ। ਤੁਸੀਂ ਇਹਦੀ ਸੂਚਨਾ ਥਾਣੇ ਜਾਂ ਹੋਰ ਕਿਤੇ ਕਿਉਂ ਨਹੀਂ ਦਿੱਤੀ ਪਹਿਲਾਂ? ਮੈਨੂੰ ਡਰਾਤਾ ਜੀ ਉਹਨਾਂ ਨੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਹ ਦੋ ਮੁਲਜ਼ਮ ਉਹ ਨੇ ਜਿਨ੍ਹਾਂ ਨੇ ਨਿਹੰਗ ਸਿੰਘ ਦਾ ਕਤਲ ਕੀਤਾ ਸੀ। ਲੰਗਰ ਛਕਾ ਰਹੇ ਨਿਹੰਗ ਸਿੰਘ ਨੂੰ ਮੌਤ ਦੇ ਘਾਟ ਇਹਨਾਂ ਨੇ ਉਤਾਰ ਦਿੱਤਾ ਸੀ, ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਸੀ ਤਾਂ ਪੁਲਿਸ ਨੇ ਪੈਰ ਨੱਪਦੇ ਹੋਏ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਸੜਕ ਦੇ ਕਿਨਾਰੇ ਤੇ ਇਹ ਦੋਵੇਂ ਮੁਲਜ਼ਮ ਤੁਰੇ ਜਾ ਰਹੇ ਨੇ ਜਿਨ੍ਹਾਂ ਨੇ ਨਿਹੰਗ ਸਿੰਘ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਸੀ ਔਰ ਮੌਤ ਦੇ ਘਾਟ ਉਤਾਰਿਆ ਸੀ। ਦੱਸਦੇ ਕਿ ਮੁਕਤਸਰ ਦੇ ਗਿੱਦੜਵਾਹਾ ਦੇ ਵਿੱਚ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਨਿਹੰਗ ਜਸਵੀਰ ਸਿੰਘ ਵਾਸੀ ਹੁਸਨਰ ਨੇ ਗਿੱਦੜਵਾਹਾ ਦੇ ਮਲੋਟ ਰੋਡ ਤੇ ਸੜਕ ਦੇ ਕਿਨਾਰੇ ਇੱਕ ਝੌਂਪੜੀ ਬਣਾ ਕੇ ਲੰਗਰ ਲਗਾਇਆ ਹੋਇਆ ਸੀ ਤਾਂ ਇਹ ਦੋਵੇਂ ਸ਼ਖਸ ਉੱਥੇ ਪਹੁੰਚਦੇ ਨੇ ਜਿਨ੍ਹਾਂ ਨੇ ਨਿਹੰਗ ਸਿੰਘ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ, ਖੂਨੋ ਖੂਨ ਕੀਤਾ, ਮੌਕੇ ਤੋਂ ਫਰਾਰ ਹੋ ਗਏ ਸਨ। ਔਰ ਨਿਹੰਗ ਸਿੰਘ ਦੀ ਪਤਨੀ ਨੇ ਇਸ ਪੂਰੇ ਕਤਲਕਾਂਡ ਨੂੰ ਬਿਆਨ ਕੀਤਾ ਸੀ ਕਿ ਕਿਵੇਂ ਇਹਨਾਂ ਦੋਵੇਂ ਮੁਲਜ਼ਮਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੁਹਾਡੇ ਕੀ? ਅੱਛਾ, ਤੇ ਅੱਜ ਕੀ ਗੱਲ ਹੋਈ ਹੈ ਜਿਹੜੀ? ਕਿੰਨੇ ਕੁ ਵਜੇ ਦਾ ਵਾਕਿਆ ਸੀ? ਮੇਰੇ ਘਰ ਵਾਲੇ ਨਾਲ ਸੁਸ਼ੀਲ ਸਿੰਘ ਕੀ ਇੱਥੇ ਕੀ ਕਰ ਕੀ ਰਹੇ ਸੀ? ਇੱਥੇ ਲੰਗਰ ਛਕਾਉਂਦੇ ਸੀ ਜੀ। ਅੱਛਾ,
ਕਿੰਨੇ ਦਿਨਾਂ ਤੋਂ ਚਕਾ ਰਹੇ ਸੀ? ਹੋ ਗਏ 10 ਦਿਨ ਲੱਗੇ ਨੂੰ ਜੀ। ਹਾਂ, ਮੁੜ ਕੇ ਇਧਰਲੇ ਪਾਸੇ ਵਾਲੇ ਤੰਬੂ ਵੱਟ ਕੇ ਤੇ ਉਹ ਕਹਿੰਦੇ ਵੀ ਲੰਗਰ ਛਕਣਾ, ਕਹਿੰਦੇ ਨੇ ਉਹ ਕਹਿੰਦੇ ਨਹੀਂ ਛਕਣਾ ਲੰਗਰ, ਤੇ ਉਹ ਕਹਿੰਦਾ ਫੇਰ ਤੂੰ ਬਾਹਰ ਨਿਕਲ, ਇਹ ਬਾਹਰ ਨਿਕਲ ਆਇਆ ਤੇ ਮੁੜ ਕੇ ਇਹਦੇ ਮਾਰਿਆ, ਜਦੋਂ ਮਾਰਿਆ ਇਹ ਡਿੱਗ ਪਿਆ, ਇਹਦੀ ਧੌਣ ਟੁੱਟ ਗਈ, ਜਦੋਂ ਡਿੱਗਿਆ ਇਹ ਰਾੜ ਮਾਰੀ ਜਦੋਂ ਉਹਨੇ ਪਹਿਲੀ, ਜਦੋਂ ਦੂਜੀ ਮਾਰੀ ਉਹਦੇ ਸਿਰ 'ਚ ਮਾਰੀ, ਜਦੋਂ ਤੀਜੀ ਮਾਰੀ ਉਹ ਤਾਂ ਪਿੱਛੇ ਰਹਿ ਗਿਆ ਜੀ। ਮੈਂ ਆਖੀ ਜੀ ਨਾ ਮਾਰੋ, ਉਹ ਨਹੀਂ ਹਟੇ ਜੀ ਮੇਰੇ ਆਖੇ, ਜਦੋਂ ਮਰ ਗਿਆ ਜਾਵਾਂ ਤਾਂ ਉਹਦੇ ਮੈਨੂੰ ਕਹਿੰਦੇ ਤੈਨੂੰ ਅਸੀਂ ਘਰੇ ਲੈ ਚੱਲਦੇ, ਤੂੰ ਐਂ ਕਹਿੰਦੇ ਵੀ ਇਹਦੇ ਘਰ ਵਾਲੀ ਨਹੀਂ ਤੂੰ, ਤੈਨੂੰ ਛੱਡ ਦਾਂਗੇ। ਤੇ ਕੀ ਤੁਹਾਨੂੰ ਜਾਣਦੇ ਨਹੀਂ ਸੀ ਤੁਹਾਡਾ ਘਰ ਕਿਵੇਂ ਜਾਣਦੇ ਸੀ ਉਹ? ਘਰ ਮੈਂ ਲੈ ਕੇ ਗਈ ਜੀ ਉਹਨਾਂ ਨੂੰ। ਅੱਛਾ, ਹਾਂਜੀ, ਤੁਹਾਨੂੰ ਕੀ ਕਹਿ ਕੇ ਗਏ ਆ ਜਾਣ ਵੇਲੇ? ਉਹ ਕਹਿੰਦੇ ਸਾਡਾ ਨਾਂ ਨਾ ਲਈ, ਤੈਨੂੰ ਤੁਹਾਨੂੰ ਮਾਰ ਦਿੰਦੇ ਸੀ। ਤੁਸੀਂ ਜਾਣਦੇ ਹੋ ਉਹਨਾਂ ਨੂੰ? ਨਹੀਂ ਜੀ, ਮੈਂ ਜਾਣਦੀ। ਕਿੱਥੋਂ ਦੇ ਬੰਦੇ ਆ ਉਹ? ਬੰਦੇ ਨਹੀਂ ਜਾਣਦੀ ਜੀ। ਕਾਸ ਤੇ ਆਏ ਸੀ ਤੇ ਤੁਹਾਨੂੰ ਕਾਸ ਛੱਡ ਕੇ ਆਏ ਹੋ? ਉਹ ਤੁਰਕੀ ਛੱਡ ਕੇ ਗਏ। ਤੁਰਕੀ ਆਏ ਸੀਗੇ? ਕਿੰਨੇ ਜਾਣੇ ਸੀ? ਦੋ ਜਾਣੇ ਜੀ। ਠੀਕ ਹੈ, ਟਾਈਮ ਕਿੰਨੇ ਕੁ ਵਜੇ ਦਾ ਸੀਗਾ ਅੰਦਾਜ਼ਾ? ਟਾਈਮ 10 ਵਜੇ ਤਾਂ ਮਾਰਤਾ ਸੀਗੇ ਜੀ, ਤੇ ਪੂਰੇ 11 ਵਜੇ ਮੈਨੂੰ ਘਰੇ ਛੱਡ ਕੇ ਗਏ ਜੀ। ਤੁਸੀਂ ਇਹਦੀ ਸੂਚਨਾ ਥਾਣੇ ਜਾਂ ਹੋਰ ਕਿਤੇ ਕਿਉਂ ਨਹੀਂ ਦਿੱਤੀ ਪਹਿਲਾਂ? ਮੈਨੂੰ ਡਰਾਤਾ ਜੀ ਉਹਨਾਂ ਨੇ।